ਸਤਿ ਸ੍ਰੀ ਅਕਾਲ ਮੇਰੇ ਭੈਣੋ ਭਰਾਵੋ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਸੋ ਦੋਸਤੋ ਵੈਲਕਮ ਕਰਦਾ ਮੈਂ ਮੇਰੇ YouTube ਚੈਨਲ ਦੀਪ ਜੋਬ ਪੋਰਟਲ ਤੇ ਤੇ ਮੇਰੇ ਪਿਆਰੇ ਸਾਥੀਓ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਪੰਜਾਬ ਪੁਲਿਸ ਕਾਂਸਟੇਬਲ ਦੀ ਸੇਫ ਸਕੋਰ ਦੀ ਕੱਟਆਫ ਦੀ ਜੋ ਮਰਜ਼ੀ ਕਹਿ ਸਕਦੇ ਤੁਸੀਂ ਠੀਕ ਹੈ ਕਿਉਂਕਿ ਮੈਨੂੰ ਮੇਰੇ ਚੈਨਲ ਤੇ ਕਮੈਂਟਾਂ ਵਿੱਚ ਮੈਸੇਜਾਂ ਵਿੱਚ ਲਗਾਤਾਰ ਇਹੀ ਕੁਐਸਚਨ ਰਿਪੀਟ ਹੋ ਰਿਹਾ ਕਿ ਸਰ ਇਹਦੇ ਬਾਰੇ ਦੱਸੋ ਕੱਟਆਫ ਕਿਉਂਕਿ ਕਈ ਬੱਚੇ ਨੂੰ ਪਤਾ ਲੱਗ ਜਾਂਦਾ ਤੇ ਕਈ ਬੱਚੇ ਹਜੇ ਵੀ ਇਹਦੇ ਵਿੱਚ ਸ਼ੌਕ ਚ ਨੇ ਉਹ ਕਹਿੰਦੇ ਨੇ ਕਿ ਸਰ ਸਾਨੂੰ ਸੇਫ ਸਕੋਰ ਪਤਾ ਲੱਗੂਗਾ ਫੇਰ ਹੀ ਅਸੀਂ ਤਿਆਰੀ ਕਰਨ ਲੱਗਾਂਗੇ ਫਿਜ਼ੀਕਲ ਦੀ ਸੋ ਯਾਰ ਹੱਦ ਦਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਿਣਾ ਕਿ ਯਾਰ ਹੱਦ ਕਰ ਦਿਓ ਤੁਸੀਂ ਠੀਕ ਹੈ ਤੁਹਾਡਾ ਫਿਜ਼ੀਕਲ ਤੁਹਾਡਾ ਸਿਰ ਦੇ ਉੱਪਰ ਆ ਰਿਹਾ ਤੇ ਤੁਸੀਂ ਹਜੇ ਤਿਆਰੀ ਕਰੋਗੇ ਸੋ ਦੋਸਤੋ ਗਲਤ ਗੱਲ ਆ ਯਾਰ ਐਦਾਂ ਨਾ ਕਰਿਓ ਠੀਕ ਹੈ ਤਿਆਰੀ ਤੁਹਾਨੂੰ ਪਹਿਲਾਂ ਕਰ ਦੇਣੀ ਚਾਹੀਦੀ ਸੀ ਕਿਉਂਕਿ ਇਹ ਕਿਹੜਾ ਐਵੇਂ ਆ ਕਿ ਤੁਹਾਡਾ ਤੁਸੀਂ ਮਤਲਬ ਅੱਜ ਤਿਆਰੀ ਕਰਨ ਲੱਗੇ ਥੋੜੇ ਹਫ਼ਤੇ ਦੇ ਵਿੱਚ ਤਿਆਰੀ ਹੋ ਜੂਗੀ ਐਦਾਂ ਨਹੀਂ ਹੁੰਦਾ ਹੁੰਦਾ ਯਾਰ ਜਿਹੜੇ ਬੱਚਿਆਂ ਦਾ ਟਾਈਮ 7 ਮਿੰਟ ਜਾਂ 8 ਮਿੰਟ ਦਾ ਆ ਰਿਹਾ ਉਹ ਤੁਸੀਂ 15 ਦਿਨਾਂ ਦੇ ਵਿੱਚ 1 ਮਿੰਟ ਨੂੰ ਨਹੀਂ ਕਵਰ ਕਰ ਸਕਦੇ ਠੀਕ ਹੈ ਸੋ ਖੈਰ ਇਹ ਤਾਂ ਰਹੀ ਗੱਲ ਤੇ ਹੁਣ ਆਪਾਂ ਵੀਡੀਓ ਦੇ ਵਿੱਚ ਪ੍ਰੋਪਰ ਜਿਹੜੀ ਕੱਟ ਆਫ ਦੀ ਗੱਲ ਕਰਾਂਗੇ ਠੀਕ ਹੈ ਸੇਫ ਸਕੋਰ ਕੀ ਬਣਦਾ ਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਮਿਨੀਮਮ ਪਾਸਿੰਗ ਮਾਰਕਸ ਹੈਗੇ ਸੀ ਇਹਦੇ ਵਿੱਚ ਨਾ ਮਤਲਬ ਘੱਟੋ-ਘੱਟ ਕੁਆਲੀਫਾਈ ਵਾਲੇ ਪਾਸਿੰਗ ਮਾਰਕਸ ਸੀਗੇ ਉਹ ਸੀਗੇ 25% ਕੈਟਾਗਰੀ ਵਾਲੇ ਬੱਚਿਆਂ ਦੇ ਸੀਗੇ ਜਿਵੇਂ ਸ਼ੈਡਿਊਲਡ ਕਾਸਟ ਬੈਕਵਰਡ ਕਲਾਸਸ ਇਕਨੋਮਿਕਲ ਵਹੀਕਲ ਸੈਕਸ਼ਨ ਇਕ ਸਰਵਿਸਮੈਨ ਇਹਨਾਂ ਦੇ ਤੇ ਬਾਕੀ ਜਨਰਲ ਕੈਟਾਗਰੀ ਵਾਲਿਆਂ ਦੇ 30% ਸੀਗੇ ਯਾਨੀ ਕਿ 100 ਦੇ ਵਿੱਚੋਂ 30 ਤੇ 100 ਦੇ ਵਿੱਚੋਂ 25 ਠੀਕ ਹੈ ਇਹ ਸੀਗੇ ਮਿਨੀਮਮ ਪਾਸਿੰਗ ਮਾਰਕਸ ਤੇ ਹੁਣ ਕਈ ਬੱਚੇ ਕਮੈਂਟ ਕਰਨਗੇ ਕਿ ਸਰ ਇਹ ਕਿਦਾਂ ਹੋ ਸਕਦਾ 25 ਤੇ 30 ਵਾਲੇ ਕਿਦਾਂ ਹੈਨਾ ਸੋ ਬਿਲਕੁਲ ਗੱਲ ਸਹੀ ਹੈ ਜੀ 25 ਤੇ 30 ਜਿਹੜੀ ਹੈ ਮੈਰਿਟ ਉਹ ਬਿਲਕੁਲ ਵੀ ਨਹੀਂ ਜਾਣੀ ਠੀਕ ਹੈ ਮੈਂ ਕਿਸੇ ਬੱਚੇ ਨੂੰ ਮਿਸਗਾਈਡ ਨਹੀਂ ਕਰੂਗਾ ਕਿਸੇ ਨੂੰ ਐਵੇਂ ਨਹੀਂ ਕਹੂੰਗਾ ਕਿ ਜਿਨ੍ਹਾਂ ਦੇ ਮਾਰਕਸ 25 ਤੇ 30 ਬਣਦੇ ਨੇ ਉਹ ਤਿਆਰੀ ਕਰੋ ਠੀਕ ਹੈ ਸੋ ਐਦਾਂ ਹੁਣ ਜਿਹੜਾ ਬਹੁਤ ਘੱਟ ਚਾਂਸ ਨੇ 100 ਚ 90% ਇਹ ਜੀ ਚਾਂਸ ਨੇ ਕਿ ਇਹ ਹੋ ਜੂਗਾ ਠੀਕ ਹੈ ਸੋ ਦੋਸਤੋ ਇਹ ਕੱਟ-ਆਫ ਐਨੀ ਨਹੀਂ ਜਾਂਦੀ ਜਿਨ੍ਹਾਂ ਦੇ ਨੰਬਰ 25 ਤੋਂ 30 ਦੀ ਵਿਚਕਾਰ ਹੈਗੇ ਨੇ ਉਹ ਆਪਣੀ ਪੰਜਾਬ ਪੁਲਿਸ ਦਾ ਸੁਪਨਾ ਇਸ ਵਾਰ ਛੱਡ ਦਿਓ ਅਗਲੀ ਵਾਰ ਟਰਾਈ ਕਰ ਲਿਓ ਠੀਕ ਹੈ ਜੀ ਕਿਉਂਕਿ ਐਨੀ ਘੱਟ ਕੱਟ-ਆਫ ਕਦੇ ਨਹੀਂ ਜਾਂਦੀ ਹੁੰਦੀ ਯਾਰ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਇਹਦੀ ਕੱਟ-ਆਫ ਦੀ ਸੇਫ ਸਕੋਰ ਕੀ ਕੀ ਬਣਦੇ ਨੇ ਠੀਕ ਹੈ ਕਿਉਂਕਿ ਆਪਾਂ ਯਾਰ ਕਿਉਂ ਆਪਾਂ ਕਿਸੇ ਨੂੰ ਮਿਸਗਾਈਡ ਕਰੀਏ ਯਾਰ ਟਾਈਮ ਵੇਸਟ ਕਰੂਗਾ ਅਗਲਾ ਤਿਆਰੀ ਕਰਨ ਚ ਐਨਾ ਕਿਸੇ ਹੋਰ ਪੇਪਰ ਦੀ ਤਿਆਰੀ ਕਰ ਲੂਗਾ ਠੀਕ ਹੈ ਸੋ ਜਰਨਲ ਆਪਾਂ ਜਰਨਲ ਬੱਚਿਆਂ ਦੀ ਗੱਲ ਕਰੀਏ ਅਨਰਜ਼ਰਵਡ ਪੋਸਟਾਂ ਦੀ ਗੱਲ ਕਰੀਏ ਮੁੰਡਿਆਂ ਦੀ ਠੀਕ ਹੈ ਜਿਹੜੇ ਮੇਰੇ ਭਰਾਵਾਂ ਦੇ ਜਰਨ ਕੈਟਾਗਰੀ ਵਾਲਿਆਂ ਦੇ 55 ਤੋਂ 60 ਦੇ ਵਿਚਕਾਰ ਬਣ ਰਹੇ ਨੇ ਉਹਦਾ ਨੰਬਰ 60 ਦੇ ਅਪਰੋਕਸੀਮੇਟ ਹੈਗੇ ਨੇ 60 ਦੇ ਨੇੜੇ ਤੇ ਨੇੜੇ ਜਰਨਲ ਕੈਟਾਗਰੀ ਵਾਲੇ ਮੁੰਡਿਆਂ ਦੇ ਤੁਸੀਂ ਨਿਸ਼ਚਿੰਤ ਹੋ ਕੇ ਲਾਓ ਟ੍ਰਾਇਲ ਆ ਵਧੀਆ ਜੋਰਾਂ ਸ਼ੋਰਾਂ ਨਾਲ ਮਿਹਨਤ ਕਰੋ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਠੀਕ ਹੈ ਤੁਹਾਡਾ ਨੰਬਰ ਪੱਕਾ ਆਊਗਾ ਕਿਉਂਕਿ ਕੱਟਆਫ ਇੱਥੇ ਤੱਕ ਹੀ ਜਾਉਗੇ ਇਸ ਤੋਂ ਵੱਧ ਨਹੀਂ ਜਾਣੀ ਹੈਗੀ 65 70 ਤੱਕ ਨਹੀਂ ਜਾਂਦੀ ਹੈ ਜੀ ਬਹੁਤ ਘੱਟ ਚਾਂਸ ਨੇ ਠੀਕ ਹੈ ਤੇ ਉਸ ਤੋਂ ਬਾਅਦ ਗੱਲ ਕਰੀ OBC ਵਾਲੇ ਬੱਚਿਆਂ ਦੀ ਠੀਕ ਹੈ OBC ਵਾਲੇ ਬੱਚੇ ਇੱਕ ਪੰਜ ਨੰਬਰ ਕਟਵਾ ਲਓ 5 ਜਾਂ 3 ਦਾ ਫਰਕ ਪੈ ਜਾਊਗਾ ਠੀਕ ਆ 55 ਦੇ ਨੇੜੇ ਤੇੜੇ ਤੇ 60 ਤੋਂ نیچے ਠੀਕ ਹੈ ਠੀਕ ਹੈ ਯਾਨੀ ਕਿ 54555560 ਦੇ ਨੇੜੇ ਦੇ ਨੇੜੇ ਉਸ ਤੋਂ ਬਾਅਦ ਸ਼ਡਿਊਲਡ ਕਾਸਟ ਰਾਮਦਾਸਿਆ ਵਾਲੇ ਬੱਚੇ ਜਿਹੜੇ 45 ਤੋਂ 50 ਦੇ ਵਿੱਚ ਕਾਰ ਨੰਬਰ ਨੇ ਜਿਨ੍ਹਾਂ ਦੇ ਤੁਸੀਂ ਸੇਫ ਹੋ ਠੀਕ ਹੈ ਤੇ ਸ਼ਡਿਊਲਡ ਕਾਸਟ ਬਾਲਮਿਕੀ ਵਾਲੇ ਬੱਚੇ ਜਿਨ੍ਹਾਂ ਦੇ ਨੰਬਰ ਬਣਦੇ ਨੇ 40 ਤੋਂ 45 ਦੇ ਵਿੱਚ ਵਿੱਚ ਤੁਸੀਂ ਵੀ ਸੇਫ ਹੋ ਤੁਹਾਡਾ ਫਿਜ਼ੀਕਲ ਜਿਹੜਾ ਉਹ ਹੋਊਗਾ ਅਪਰੋਕਸੀਮੇਟ ਤੇ ਉਸ ਤੋਂ ਬਾਅਦ ਜਿਹੜੇ ਐਕ ਸਰਵਿਸ ਮੈਨ ਨੇ ਜਨਰਲ ਵਾਲੇ ਠੀਕ ਹੈ ਜੇ ਤੁਹਾਡੇ ਨੰਬਰ 40 ਤੋਂ 45 ਦੇ ਵਿੱਚ ਵਿੱਚ ਬਣ ਰਹੇ ਨੇ ਤਾਂ ਤੁਸੀਂ ਸੇਫ ਹੋ ਤਿਆਰੀ ਕਰੋ ਫਿਜ਼ੀਕਲ ਦੀ ਐਕ ਸਰਵਿਸ ਵਿੱਚ ਮਨ ਸ਼ਡਿਊਲਡ ਕਾਸਟ ਵਾਲੇ ਵਾਲੇ ਕੈਂਡੀਡੇਟ ਦੀ ਗੱਲ ਕਰੀ ਇਹਨਾਂ ਦੇ ਨੰਬਰ ਠੀਕ ਹੈ ਜੀ 40 ਦੇ ਅਪਰੋਕਸੀਮੇਟ ਵੀ ਬਣਦੇ ਨੇ 40 ਦੇ ਲਗਭਗ 40 ਦੇ ਨੇੜੇ ਤੇੜੇ ਹੈਗੇ ਨੇ ਤਾਂ ਤੁਸੀਂ ਵੀ ਕੁਆਲੀਫਾਈ ਹੋ ਆਪਣੇ ਫਿਜ਼ੀਕਲ ਦੀ ਤਿਆਰੀ ਰੱਖੋ ਠੀਕ ਹੈ ਜੀ ਬਾਕੀ ਹੋਰ ਕੈਟਾਗਰੀ ਵਾਲੇ ਬੱਚਿਆਂ ਦਾ ਜਿਹੜਾ ਇਹਨਾਂ ਦੇ ਨੇੜੇ ਤੇੜੇ ਹੀ ਚੱਲਦੀ ਹੁੰਦੀ ਹੈ ਕੱਟ ਆਫ ਐਕ ਸਰਵਿਸ ਵਿੱਚ ਸ਼ਡਿਊਲਡ ਕਾਸਟ ਜਿਹੜੀ ਇੱਕ ਦੋ ਨੰਬਰ ਦਾ ਫਰਕ ਪੈਂਦਾ ਹੁੰਦਾ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਇਸੇ ਵਾਰੀ ਕਰਾਂਗੇ ਕਿ ਜਿਹੜਾ ਹੁਣ ਇਹਦਾ ਰਿਜ਼ਲਟ ਹੁਣ ਤੱਕ ਯਾਰ ਆ ਜਾਣਾ ਚਾਹੀਦਾ ਸੀ ਕਿਉਂ ਨਹੀਂ ਆ ਰਿਹਾ ਇਹ ਬਹੁਤ ਬੱਚਿਆਂ ਦਾ ਪ੍ਰਸ਼ਨ ਹੋਊਗਾ ਸੋ ਪਿਆਰੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਡਿਪਾਰਟਮੈਂਟ ਵਿੱਚ ਕਿੰਨੇ ਜ਼ਿਆਦਾ ਪੇਪਰ ਹੋ ਕੇ ਹਟੇ ਨਹੀਂ ਬਾਕੀ ਹਜੇ ਪੈਂਡਿੰਗ ਵੀ ਪਏ ਨੇ ਜਿਵੇਂ ਕਨਸਟੇਬਲ ਦਾ ਤਾਂ ਹਜੇ ਹੁਣ ਹੋਇਆ ਉਸ ਤੋਂ ਪਹਿਲਾਂ ਹੈੱਡ ਕਨਸਟੇਬਲ ਦਾ ਤੇ ਉਸ ਤੋਂ ਪਹਿਲਾਂ ਇੰਟੈਲੀਜੈਂਸ ਇਨਵੈਸਟੀਗੇਸ਼ਨ ਕੈਡਰ ਦਾ ਹੋਇਆ ਸੀਗਾ ਤੇ ਨਾਲ ਸਬ ਇਨਸਪੈਕਟਰ ਦਾ ਵੀ ਹੋਇਆ ਸੀਗਾ ਜੋ ਕੈਨਸਲ ਹੋ ਗਿਆ ਸੀਗਾ ਹਾਲਾਂਕਿ ਉਹਨਾਂ ਦੇ ਰਿਜ਼ਲਟ ਵੀ ਹਜੇ ਪੈਂਡਿੰਗ ਨੇ ਸੋ ਇਹਦਾ ਕਿਵੇਂ ਆਜੂਗਾ ਹਨਾ ਹਜੇ ਅ 26 ਤਰੀਕ ਤੋਂ ਟੈਕਨੀਕਲ ਕੈਡਰ ਵਾਲਿਆਂ ਦੇ ਪੇਪਰ ਵੀ ਹੋਣੇ ਨੇ ਠੀਕ ਐ ਤੇ ਉਸ ਤੋਂ ਬਾਅਦ ਸਰਵਿਸ ਇੰਸਪੈਕਟਰ ਦਾ ਜਿਹੜਾ ਪੋਸਟ ਪੋਸਟਪੋਨ ਹੋਇਆ ਸੀਗਾ ਉਹਨੇ ਵੀ ਦੁਬਾਰਾ ਹੋਣਾ ਠੀਕ ਐ ਸੋ ਕਿਤੇ ਨਾ ਕਿਤੇ ਫਿਜ਼ੀਕਲ ਜਿਹੜਾ ਇਹਦਾ ਹੈਗਾ ਦਸੰਬਰ ਤੱਕ ਜਾਣਾ ਹੀ ਜਾਣਾ ਸੋ ਵਧੀਆ ਟਾਈਮ ਆ ਤੁਹਾਡੇ ਕੋਲ ਖਿੱਚਵਾ ਟਾਈਮ ਆ ਪੂਰਾ ਘੰਟ ਤੁਸੀਂ ਆਪਣੀ ਤਿਆਰੀ ਹਨ ਪੂਰਾ ਵਧੀਆ ਤਰੀਕੇ ਨਾਲ ਕਰਦੇ ਰਹੋ ਠੀਕ ਹੈ ਲੌਂਗ ਜੰਪ ਹਾਈ ਜੰਪ ਵਧੀਆ ਨੇ ਇਹ ਯਾਰ ਠੀਕ ਹੈ ਐ ਨਹੀਂ ਹੈਗਾ ਵੀ ਥੋੜੇ ਟਾਈਮ ਚ ਹੋ ਜਾਣਗੇ ਇਹ ਟਾਈਮ ਭਾਲਦੇ ਨੇ ਤੁਹਾਡੇ ਕੋਲ ਹੈਗੇ ਨਹੀਂ ਮਤਲਬ 25 25 20 ਦਿਨ ਹੈਗੇ ਨਹੀਂ ਤੁਹਾਡੇ ਕੋਲ ਰਾਮ ਨਾਲ ਠੀਕ ਹੈ ਸੋ ਆਪਣੀ ਤਿਆਰੀ ਯਾਰ ਵਧੀਆ ਢੰਗ ਨਾਲ ਕਰੋ ਠੀਕ ਹੈ ਐਵੇਂ ਕਿਸੇ ਦੇ ਮਗਰ ਨਹੀਂ ਲੱਗਣਾ ਹੈਗਾ ਸੋ ਜਿਹੜੀ ਹੈ ਮੈਂ ਕੱਟ ਆਫ ਦੱਸਣੀ ਹੈ ਅਪਰੋਕਸੀਮੇਟ ਨੇੜੇ ਤੇ ਜਿਹੜੇ ਜਾਊਗੀ ਪਹਿਲਾਂ ਆਪਾਂ ਜੇਲ ਬਾਰਡਰ ਦੀ ਵੀ ਐਸਟੀਮੇਟ ਕੀਤਾ ਸੀਗਾ ਤੁਸੀਂ ਮੇਰੀ ਵੀਡੀਓਜ਼ ਦੇਖ ਸਕਦੇ ਹੋ ਪੁਰਾਣੀਆਂ ਠੀਕ ਹੈ ਜੇਡ ਬਾਡਰ ਦੀ ਵੀ ਜਿਹੜੀ ਕੱਟ ਆਫ ਸੀ ਅਪਰੋਕਸੀਮੇਟ ਹੀ ਗਈ ਸੀਗੀ ਠੀਕ ਹੈ ਆਪਾਂ ਕੋਈ ਐਵੇਂ ਹੀ ਨਹੀਂ ਉਹ ਕਰਦੇ ਹੈਗੇ ਯਾਰ ਠੀਕ ਹੈ ਆਪਾਂ ਪੂਰੇ ਐਨਲਿਸਿਸ ਤੋਂ ਬਾਅਦ ਹੀ ਵੀਡੀਓ ਜਿਹੜੀ ਆ ਬਣਾਉਨੇ ਆ ਠੀਕ ਹੈ ਬਾਕੀ ਤੁਸੀਂ ਆਪੋ ਆਪਣੇ ਜਿਹੜੇ ਕਮੈਂਟ ਨੇ ਹੋ ਮੈਨੂੰ ਆਪਣੇ ਆਪਣੇ ਸਕੋਰ ਨੇ ਜਿਹੜੇ ਉਹ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਠੀਕ ਹੈ ਕਮੈਂਟ ਰੀਡ ਕਰਨ ਤੋਂ ਬਾਅਦ ਆਪਾਂ ਫਿਰ ਦੁਬਾਰਾ ਇੱਕ ਪੋਲ ਕਰਵਾਵਾਂਗੇ ਠੀਕ ਹੈ ਕਿਉਂਕਿ ਪੋਲ ਤੋਂ ਵਧੀਆ ਜਿਹੜਾ ਆਈਡੀਆ ਹੋ ਜਾਂਦਾ ਹੁੰਦਾ ਤੁਹਾਨੂੰ ਆਈਡੀਆ ਹੋ ਜਾਊਗਾ ਠੀਕ ਹੈ ਵੀ ਕਿਦਾਂ ਦਾ ਸਕੋਰ ਆਣਾ ਠੀਕ ਹੈ ਪੋਲ ਕਰਾਉਣ ਨਾਲ ਕੀ ਹੋ ਜਾਂਦਾ ਹੁੰਦਾ ਜਿਵੇਂ ਹੁਣ 2-3000 ਬੱਚਾ ਰਿ ਪੋਲ ਕਰਤਾ ਤਾਂ ਆਈਡੀਆ ਹੋ ਜੂਗਾ ਨਾ ਵੀ ਕਿੱਥੇ ਤੱਕ ਕਟ-ਆਫ ਰਹਿ ਸਕਦੀ ਆ ਤੁਹਾਡੇ ਯਕੀਨ ਦੇ ਲਈ ਠੀਕ ਹੈ ਬਾਕੀ ਮੈਂ ਤਾਂ ਵੀਡੀਓ ਬਣਾਤੀ ਮੈਂ ਤਾਂ ਪੂਰਾ ਐਨਾਲਿਸਿਸ ਕਰ ਲਿਆ ਸੀਗਾ ਤੁਹਾਨੂੰ ਸ਼ੋਰ ਹੋ ਜੂਗਾ ਤੇ ਬਾਕੀ ਦੋਸਤੋ ਕਿਸੇ ਦੀ ਕੋਈ ਕੁਇਰੀ ਵਗੈਰਾ ਹੁੰਦੀ ਆ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਠੀਕ ਹੈ ਤੁਹਾਡੇ ਲਈ ਜਿਹੜੇ ਸਾਡੇ ਦਰਵਾਜ਼ੇ ਨੇ ਉਹ ਖੁੱਲੇ ਨੇ ਕਦੋਂ ਮਰਜੀ ਮੈਸੇਜ ਕਰੋ ਠੀਕ ਹੈ ਜੀ ਤੁਹਾਡੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਪਰ ਠੀਕ ਹੈ ਸੋ ਦੋਸਤੋ ਇਸ ਵੀਡੀਓ ਵਿੱਚ ਆਹੀ ਅਪਡੇਟ ਸੀਗਾ ਮਿਲਾਂਗੇ ਨੈਕਸਟ ਵੀਡੀਓ ਵਿੱਚ ਨੈਕਸਟ ਅਪਡੇਟ ਲੈ ਕੇ ਤਦ ਤੱਕ ਲਈ ਦੋ ਜਾਸਤ ਧੰਨਵਾਦ ਜੀ ਸਾਰਿਆਂ ਨੂੰ